ਮੈਨੂੰ ਇਹਦਾ ਦਰਦ ਪਤਾ ਚੱਲਿਆ ਵੀ ਜੈਸ ਨਾਲ ਆਹ ਚੀਜ਼ਾਂ ਬੀਤਦੀਆਂ, ਲੋਕੀ ਨੂੰ ਇਸ ਤਰ੍ਹਾਂ ਦੀ ਬਤੀਤਾਂ ਨਾਲ ਬੋਲਦੇ ਨੇ। ਮੈਂ ਇਹੀ ਚਾਹਾਂਗਾ ਕਿ ਪਰਮਾਤਮਾ ਤੋਂ ਡਰੋ, ਇਨਸਾਨ ਹੈ ਉਹ। ਮੈਂ ਰੱਬ ਕੋਲੋਂ ਕਹਿ ਕੇ ਸੁਣਦਾ, ਰੱਬਾ ਸਵਾਦ ਹੀ ਪਰ ਸਵੇਰੇ ਨਾ ਉਠਾਏ। ਇਹ ਤਾਂ ਇੱਕ ਪਰਮਾਤਮਾ ਦੀ ਕੁਦਰਤ ਦੀ ਖੇਡ ਹੈ ਜੀ, ਜਿਨ੍ਹਾਂ ਨੇ ਉਹ ਫਰਿਸ਼ਤੇ ਇਹੋ ਜਿਹੇ ਭੇਜੇ ਹੋਏ ਆ। ਜੈ ਸਾਈਆਂ ਦੀ, ਜੈ ਮਸਤਾਂ ਦੀ, ਜੈ ਮੇਰੇ ਦਾਤਾ ਦੀ। ਮਾਲਕ ਸਭ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਰਾਜ਼ੀ ਰੱਖੇ। ਅਤੇ ਮੈਂ ਤੁਹਾਡਾ ਆਪਣਾ ਨਾਂ ਚੀਸ ਗੋਰੂ ਮਸਤਾਂ ਦਾ। ਅਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤ ਰੱਖੇ। ਮੈਨੂੰ ਜੀ ਜੈਸ ਨਾਲ ਮਿਲਾਉਣ ਵਾਸਤੇ ਜਤਿੰਦਰ ਖੰਨਾ ਜੀ ਮੇਰੇ ਪ੍ਰੇਮੀ ਹੈ, ਅਤੇ ਉਹਨਾਂ ਨੇ ਮੇਰੀ ਮੁਲਾਕਾਤ ਪਹਿਲੀ ਜੈਸ ਜੀ ਨੂੰ NIC ਮਿਲਾਇਆ ਸੀਗਾ ਮੈਨੂੰ। ਅਤੇ ਉਸ ਟਾਈਮ ਜੈਸ ਜੀ ਬੜੇ ਪਰੇਸ਼ਾਨ ਸੀਗੇ ਜਿਸ ਟਾਈਮ ਮੈਂ ਉਹਨਾਂ ਨਾਲ ਪਹਿਲੀ ਮੁਲਾਕਾਤ ਕੀਤੀ ਸੀ। ਅਤੇ ਬਹੁਤ ਚੰਗੇ ਇਨਸਾਨ ਹੈ, ਮੈਂ ਉਹੀ ਕਹਾਂ। ਪਰਮਾਤਮਾ ਇਹੋ ਜਿਹੀਆਂ ਰੂਹਾਂ ਬਹੁਤ ਘੱਟ ਭੇਜਦਾ। ਅਤੇ ਮੇਰੀ ਪਹਿਲੀ ਮੁਲਾਕਾਤ ਦੇ ਵਿੱਚ ਉਹਨਾਂ ਨੇ ਮੇਰਾ ਦਿਲ ਜਿੱਤ ਲਿਆ ਸੀਗਾ। ਅਤੇ ਉਹ ਫਨਕਾਰ ਐਸੇ ਹੈ ਜਿਹੜੇ ਲੋਕ ਉਹਨਾਂ ਨੂੰ ਮਿਹਣੇ ਮਾਰਦੇ, ਤਾਨੇ ਦਿੰਦੇ ਨੇ। ਮੈਂ ਇੱਕ ਗੱਲ ਇਹੀ ਕਹਿਣਾ ਚਾਹਾਂਗਾ ਕਿ ਪਰਮਾਤਮਾ ਤੋਂ ਡਰ ਕੇ ਕਿਸੇ ਨੂੰ ਜਵਾਬ ਦਿਆ ਕਰੋ, ਜਾਂ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਕਿ ਪਤਾ ਨਹੀਂ ਕਦ ਕਿਸੇ ਦੇ ਹਾਏ ਲੱਗ ਜਾਵੇ। ਉਹ ਫਨਕਾਰ ਰੂਹਾਂ ਹੈ ਉਹ ਜਸ ਜੀ। ਅਤੇ ਮੇਰੀ ਦਿਲ ਦੀਆਂ ਹਰ ਖੁਆਇਸ਼ਾਂ ਇਹੀ ਹੈ ਕਿ ਜਸ ਜੀ ਸਟਾਰ ਅਤੇ ਉੱਪਰ ਲੇਵਲ ਦੇ ਵਿੱਚ ਰਵੇ। ਅਤੇ ਕੱਲ੍ਹ ਉਹਨਾਂ ਦੀ ਮੈਂ ਵੀਡੀਓ ਦੇਖ ਕੇ ਮੈਨੂੰ ਬੜਾ ਫੀਲ ਹੋਇਆ ਕਿ ਕੋਈ ਉਸ ਫਰਿਸ਼ਤੇ ਨੂੰ ਵੀ ਜੀਣ ਨਹੀਂ ਦਿੰਦੇ ਵੀ ਤੁਸੀਂ ਉਹਦਾ ਮਜ਼ਾਕ ਉਡਾਉਂਦੇ ਹੋ। ਇਸ ਤਰ੍ਹਾਂ ਕਿਸੇ ਦਾ ਮਜ਼ਾਕ ਨਾ ਉਡਾਇਆ ਕਰੋ, ਹਰ ਕਿਸੇ ਨੂੰ ਆਪਣੇ ਨਾਲ ਲਗਾ ਕੇ ਰੱਖੋ ਕਿ ਕਿਹੜਾ ਵਿਅਕਤੀ ਕਦ ਕਿਤੇ ਕੰਮ ਆ ਜਾਵੇ। ਅਤੇ ਮੈਂ ਤਾਂ ਹਰ ਵਕਤ ਉਹਨਾਂ ਦੇ ਇਹੀ ਪਰਮਾਤਮਾ ਵੱਲੋਂ, ਆਪਣੇ ਬਾਬਾ ਮੁਰਾਦ ਸ਼ਾਹ ਜੀ ਵੱਲੋਂ, ਲਾਡੀ ਸ਼ਾਹ ਜੀ ਵੱਲੋਂ ਇਹੀ ਰਹਿਮਤਾਂ ਮੰਗਦਾ ਕਿ ਜੈਸ ਨੂੰ ਚੜ੍ਹਦੀ ਕਲਾ ਵਿੱਚ ਰੱਖੀ, ਉਹਨੂੰ ਖੁਸ਼ ਰੱਖੀ, ਆਬਾਦ ਰੱਖੀ। ਜੈਸ ਬਹੁਤ ਦੁਖੀ ਇਨਸਾਨ ਹੈ ਵਿਚਾਰੇ, ਹਰ ਕਿਸੇ ਦੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਆਪਣਾ ਦਰਦ ਕਿਸੇ ਨੂੰ ਬਤਾਇਆ ਕਰਦਾ ਸੀਗਾ। ਜਦ ਵੀ ਮੈਂ ਕਦੀ ਜੈਸ ਨਾਲ ਗੱਲ ਕਰਿਆ ਕਰਦਾ ਸੀਗਾ ਤਾਂ ਮੈਨੂੰ ਖੁਸ਼ੀ ਨਾਲ ਜਵਾਬ ਦਿੰਦਾ ਹੁੰਦੇ। ਜਿਸ ਟਾਈਮ ਮੈਨੂੰ ਇਹਦਾ ਦਰਦ ਪਤਾ ਚੱਲਿਆ ਵੀ ਜੈਸ ਨਾਲ ਆਹ ਚੀਜ਼ਾਂ ਬੀਤਦੀਆਂ, ਲੋਕ ਨੂੰ ਇਸ ਤਰ੍ਹਾਂ ਦੀ ਬਤੀਤਾਂ ਨਾਲ ਬੋਲਦੇ ਨੇ, ਮੈਂ ਇਹੀ ਚਾਹਾਂਗਾ ਕਿ ਪਰਮਾਤਮਾ ਤੋਂ ਡਰੋ, ਇਨਸਾਨ ਹੈ ਉਹ। ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ, ਅਸੀਂ ਅਗਲੇ ਦੀ ਇੱਜ਼ਤ ਕਰਦੇ, ਤੁਸੀਂ ਵੀ ਉਹਦੀ ਇੱਜ਼ਤ ਕਰਨਾ ਸਿੱਖੋ। ਇਹ ਉਹ ਫਨਕਾਰ ਹੈ ਜੈਸ ਕਿ ਮੇਰੇ ਬਾਬਾ ਮੁਰਾਦ ਸ਼ਾਹ ਜੀ ਦੀ ਝੋਲੀ 'ਚ ਵਿੱਚੋਂ ਨਿਕਲਿਆ ਹੋਇਆ ਜਸਪ੍ਰੀਤ ਬੰਬੇ ਵਾਲਾ ਜੈਸ, ਜਿਹਨੂੰ ਮੈਂ ਅੱਜ ਆਪਣਾ ਬੱਚਾ ਵੀ ਕਹਿੰਦਾ, ਆਪਣਾ ਪੁੱਤਰ ਵੀ ਕਹਿੰਦਾ, ਅਤੇ ਉਹ ਫਨਕਾਰ ਦੀ ਰੂਹ ਵੀ ਕਹਿੰਦਾ ਕਿ ਇਹਦੀਆਂ ਕਿਸੇ ਤੋਂ ਡਰ ਕੇ ਵੀ ਇਹ ਲਫ਼ਜ਼ ਬੋਲਿਆ ਕਰੋ। ਦੇਖੋ ਜੀ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੈਸ ਸਟਾਰ ਸੀਗਾ, ਸਟਾਰ ਰਹੇਗਾ, ਸਟਾਰ ਦਿਖੇਗਾ। ਜਿਹੜੇ ਲੋਕ ਬੋਲਦੇ ਸੀਗੇ ਉਹਨਾਂ ਨੇ ਇੱਕ ਨਾ ਇੱਕ ਦਿਨ ਉਹਨਾਂ ਨੇ ਕਦਮਾਂ ਦੇ ਨੀਚੇ ਆ ਕੇ ਗਿਰਨਾ, ਕਿਸੇ ਦਾ ਰੁਤਬੇ ਅਤੇ ਮਜ਼ਾਕ ਨਾ ਬਣਾਓ। ਮੈਨੇ ਕੱਲ੍ਹ ਜਦ ਜੈਸ ਜੀ ਦੀਆਂ ਵੀਡੀਓ ਸੁਣੀ ਨਾ ਜੀ, ਜਿਸ ਟਾਈਮ ਉਹਨਾਂ ਨੇ 6 ਲਫ਼ਜ਼ ਬੋਲੇ, ਜਿਸ ਟਾਈਮ ਮੇਰੇ ਦਿਲ ਨੂੰ ਬੜੇ ਪੀਚ ਹੋਏ, ਆਪਣੀ ਸਰਕਾਰਾਂ ਵੱਲ ਦੇਖ ਕੇ ਕਿਹਾ ਵੀ ਸਰਕਾਰ ਅਸੀਂ ਵੀ ਇਹ ਰੁਤਬੇ ਦੇ ਵਿੱਚ ਬੈਠਦੇ ਹਾਂ। ਮੇਰੀ ਜੈਸ ਨਾਲ ਇੱਕ ਵਾਰ ਫੋਨ 'ਤੇ ਗੱਲ ਵੀ ਹੋਈ, ਵਟਸਐਪ 'ਤੇ ਮੈਸੇਜ ਵੀ ਆਇਆ ਜੈਸ ਦੇ, ਬੜੇ ਰੋ ਰਹੇ ਸੀਗੇ। ਮੈਂ ਕਿਹਾ ਅੱਜ ਤੂੰ ਰੋ ਰਿਹਾ ਨਾ, ਉਸ ਸਾਈਂ ਜੀ ਦੇ ਵੱਲੋਂ ਹੱਕ ਕਰਕੇ ਕਿਹਾ ਕਿ ਸਾਈਂ ਜੀ ਜੇ ਅੱਜ ਇਹ ਰੋ ਰਿਹਾ ਨਾ, ਕੁਛ ਸਮੇਂ ਬਾਅਦ ਜਾ ਕੇ ਨਾ ਉਹ ਬੰਦਾ ਇਹਦੇ ਪੈਰਾਂ 'ਤੇ ਗਿਰ ਕੇ ਰੋਵੇ ਕਿ ਜਿਹੜਾ ਇਸ ਮਸਤਾਂ ਦੇ ਬੱਚਿਆਂ ਨੂੰ ਰਵਾਉਂਦਾ ਹੋਵੇ। ਇਹ ਤਾਂ ਇੱਕ ਪਰਮਾਤਮਾ ਦੀ ਕੁਦਰਤ ਦੀ ਖੇਡ ਹੈ ਜੀ, ਜਿਨ੍ਹਾਂ ਨੇ ਉਹ ਫਰਿਸ਼ਤੇ ਇਹੋ ਜਿਹੇ ਭੇਜੇ ਹੋਏ ਆ। ਦੇਖੋ ਜੀ, ਮੇਰੇ ਨਾਲ ਜੈਸ ਨੂੰ ਜੁੜੇ ਨੂੰ ਵੀ ਅੱਜ ਜੀ 5 ਸਾਲ ਹੋ ਗਏ ਨੇ। ਜੇ ਬੰਦਾ ਠੱਗੀ ਹਿਲਾਉਂਦਾ ਨਾ, ਯਾਰ ਦੀ ਅੱਖ ਨਾਲ ਪਹਿਲੀ ਵਾਰ ਪਛਾਣਿਆ ਜਾਂਦਾ ਜੀ, ਨਾ ਉਹ ਇਨਸਾਨ ਇਸ ਤਰ੍ਹਾਂ ਦਾ ਸੀਗਾ ਨਾ ਹੋਵੇਗਾ। ਲੋਕ ਕਹਿੰਦੇ ਵੀ ਮੰਦਰ ਮਸਜਿਦਾਂ 'ਤੇ ਜਾ ਕੇ ਹੱਥ ਰੱਖ ਕੇ ਕਹਿ ਦਿਓ, ਮੈਂ ਤਾਂ ਆਪਣੇ ਮੁਰਸ਼ਦ 'ਤੇ ਵੀ ਵਿਸ਼ਵਾਸ ਕਰਕੇ ਕਹਿ ਦਿੰਦਾ ਵੀ ਅੱਖਾਂ ਮੀਚ ਕੇ ਕਹਿ ਦਿੰਦਾ ਵੀ ਜੈਸ ਇਨਸਾਨ ਨਹੀਂ ਹੋ ਸਕਦਾ, ਨਾ ਐਸਾ ਹੋਵੇਗਾ। ਉਹ ਲੋਕਾਂ ਦਾ ਭਲਾ ਕਰਨ ਵਾਲਾ ਇਨਸਾਨ ਇਸ ਦੁਨੀਆਂ ਦੇ ਵਿੱਚ ਆਇਆ, ਅਤੇ ਲੋਕ ਤਾਂ ਭਲੇ ਦੇ ਵਿੱਚ ਮਜ਼ਾਕ ਉਡਾਉਂਦੇ ਨੇ ਉਹਦਾ। ਇਹ ਮਸਤਾਂ ਦੀ ਗੱਦੀ ਹੈ, ਇਸ ਤੋਂ ਬਚ ਕੇ ਰਿਹਾ ਕਰੋ। ਕਿਸੇ ਗਰੀਬ ਦਾ ਮਜ਼ਾਕ ਨਹੀਂ ਉਡਾਇਆ ਕਰਦੇ ਕਿਸੇ ਫਨਕਾਰ ਦਾ, ਪਤਾ ਨਹੀਂ ਕਦ ਕਿਸ ਵੇਲੇ ਉਹ ਖੋਲ੍ਹਵੇ।
26 ਤਰੀਕ ਨੂੰ ਬਾਬਾ ਮੁਰਾਦ ਸ਼ਾਹ ਜੀ ਲਾਡੀ ਸ਼ਾਹ ਜੀ ਦਾ ਜਨਮ ਦਿਨ ਆ ਰਿਹਾ ਅਤੇ ਉਸ ਜਨਮ ਦਿਨ ਦੇ ਵਿੱਚ ਅਸੀਂ ਆਪਣੇ ਜਿੱਥੇ ਸਥਾਨ ਬਣਾਇਆ ਹੋਇਆ ਬਾਬਾ ਜੀ ਦਾ ਉੱਥੇ ਉਹਨਾਂ ਦਾ ਮੇਲਾ ਬਣਾ ਰਹੇ ਨੇ ਅਤੇ ਸਾਰੀ ਸਾਧ ਸੰਗਤ ਜੀ ਨੂੰ ਜ਼ਰੂਰ ਪਹੁੰਚਣਾ ਉਸ ਮੇਲੇ 'ਤੇ, ਉਸ ਤੋਂ ਮੇਲੇ ਦੇ ਵਿੱਚ, ਅਤੇ ਬਾਬਾ ਜਨਮ ਦਿਨ ਦੇ ਵਿੱਚ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇ ਬਾਬਾ ਲਾਡੀ ਸ਼ਾਹ ਜੀ। ਅਤੇ ਮੈਂ ਜੈਸ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਜੈਸ ਤੁਸੀਂ ਵੀ ਜ਼ਰੂਰ ਪਹੁੰਚਣਾ। ਮੈਂ ਇੱਕ ਗੱਲ ਹੋਰ ਬਤੀਤ ਕਰਨਾ ਚਾਹੁੰਦਾ ਕਿ A1 ਪੰਜਾਬੀ ਚੈਨਲ ਬਹੁਤ ਜ਼ਿਆਦਾ ਸੁਪਰ ਹਿੱਟ ਰਹੇ ਅਤੇ ਪਰਮਾਤਮਾ ਇਸਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖੇ। ਮੇਰੀਆਂ ਦੁਆਵਾਂ, ਮੇਰੀ ਮਸਤਾਂ ਦੀਆਂ, ਸਰਕਾਰਾਂ ਦੀਆਂ ਹਰ ਖੁਆਇਸ਼ਾਂ ਇਸ ਚੈਨਲ ਨੂੰ ਬਹੁਤ ਚੜ੍ਹਦੀ ਕਲਾ 'ਚ ਰੱਖੇ। ਜੈ ਸਾਈ।